ਨਵੇਂ ਸਾਲ ਕਰਕੇ ਮਾਰਕੀਟ ਦਾ ਚੌਕੀਦਾਰ ਛੁੱਟੀ ਤੇ ਸੀ, ਬਸ ਇਸ ਗੱਲ ਦਾ ਫਾਇਦਾ ਚੋਰਾਂ ਨੇ ਚੁੱਕ ਲਿਆ। ਇੱਕੋ ਰਾਤ ਦੇ ਵਿੱਚ 3 ਦੁਕਾਨਾਂ ਦੇ ਵਿੱਚ ਵੜੇ ਚੋਰ। ਦੇਖ ਸਕਦੇ ਹੋ ਕਿਵੇਂ ਸ਼ਟਰ 3 ਦੁਕਾਨਾਂ ਦੇ ਤੋੜੇ ਹੋਏ ਨੇ। ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਚੋਰ, ਜਿਸ ਤੋਂ ਬਾਅਦ 3 ਦੁਕਾਨਾਂ ਦੇ ਵਿੱਚ ਚੋਰੀਆਂ ਕਰ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਦੀਆਂ, ਜਿੱਥੇ ਚੋਰਾਂ ਨੇ ਨਵੇਂ ਸਾਲ ਦਾ ਸਵਾਗਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੀਤਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਹੀ ਚੋਰਾਂ ਨੇ ਸਾਲ ਦੀ ਸ਼ੁਰੂਆਤ ਜਲਾਲਾਬਾਦ ਦੇ ਵਿੱਚ 3 ਦੁਕਾਨਾਂ 'ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਕੀਤੀ ਹੈ। ਚੋਰੀ ਦੀ ਸਾਰੀ ਵਾਰਦਾਤ ਦੁਕਾਨਾਂ ਦੇ ਵਿੱਚ ਲੱਗੇ ਹੋਏ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਹੁਣ ਪੁਲਿਸ ਇਹਨਾਂ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਬਾਦ ਦੇ ਸਥਾਨਕ ਇੰਦਰਾ ਮਾਰਕੀਟ ਦੇ ਵਿੱਚ ਪਿਛਲੇ ਸਾਲ ਦੀ ਆਖਰੀ ਰਾਤ ਨੂੰ ਚੋਰਾਂ ਨੇ 3 ਮੁਨਿਆਰੀ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਹ ਚੋਰੀ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦ ਚੌਕੀਦਾਰ ਛੁੱਟੀ 'ਤੇ ਸੀ। ਚੋਰਾਂ ਦੇ ਵੱਲੋਂ 2 ਦੁਕਾਨਾਂ ਤੋਂ ਵਿਆਹ ਸ਼ਾਦੀਆਂ ਵਿੱਚ ਵਰਤੇ ਜਾਣ ਵਾਲੇ ਨੋਟਾਂ ਵਾਲੇ ਹਾਰ ਅਤੇ 1 ਤੋਂ ਨਗਦੀ ਚੋਰੀ ਕੀਤੀ ਗਈ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੋਟਾਂ ਵਾਲੇ ਹਾਰ ਇਕੱਠੇ ਕਰਦੇ ਹੋਏ ਦਿਖਾਈ ਦੇ ਰਹੇ ਨੇ, 1 ਚਾਦਰ ਦੇ ਵਿੱਚ ਲਪੇਟ ਕੇ ਇਹ ਸਾਰਾ ਚੋਰੀ ਦਾ ਸਮਾਨ ਲੈ ਕੇ। ਆਓ ਦੁਕਾਨਦਾਰਾਂ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਦੀ ਦੁਕਾਨ ਦੇ ਅੰਦਰੋਂ ਕੀ ਕੁਝ ਚੋਰੀ ਹੋਇਆ ਅਤੇ ਕੀ ਨਵੇਂ ਸਾਲ ਦੀ ਰਾਤ ਨੂੰ ਜਿੱਥੇ ਚੱਪੇ ਚੱਪੇ 'ਤੇ ਪੁਲਿਸ ਤੈਨਾਤ ਸੀ, ਫਿਰ ਵੀ ਐਡੀ ਵੱਡੀ ਚੋਰੀ ਹੋ ਗਈ, ਕਿੱਥੇ ਕਮੀ ਆਈ ਹੈ, ਆਓ ਜਾਣਦੇ। ਨੰਨਾ ਜੀ ਸੋਨੂ ਹੈ, ਮੇਰੀ ਦੁਕਾਨ ਦਾ ਨਾਮ ਰਜਿੰਦਰ ਜੀ ਸਰਸਾ ਜੀ। ਕੱਲ੍ਹ ਇਸ ਵੇਲੇ ਵੀ ਮੈਨੂੰ ਸਵੇਰੇ ਪਤਾ ਲੱਗਿਆ ਵੀ 5:30 ਫੋਨ ਗਿਆ ਵੀ ਤੁਹਾਡੀ ਦੁਕਾਨ ਦਾ ਸ਼ਟਰ ਖੁੱਲ੍ਹਿਆ ਪਿਆ, ਅਤੇ ਮਤਲਬ ਆਏ ਆ ਅਤੇ ਦੇਖਿਆ ਮੌਕੇ 'ਤੇ ਸ਼ਟਰ ਸਾਰਾ ਡੀਂਗਾ ਹੋਇਆ ਪਿਆ, ਚੋਰੀ ਹੋਈ ਸੀ ਅੰਦਰ ਸਮਾਨ, ਮਤਲਬ ਜਿਵੇਂ ਸਮਾਨ ਦੀ ਬੱਚਤ ਹਾਰ ਹੈਗੇ ਸੀ, ਕੋਈ ਨਗਦੀ ਹੈਗੀ ਸੀ, ਮਤਲਬ ਕਾਪੀਆਂ ਹੈਗੀਆਂ ਸੀ 2000 ਵਾਲੀ ਹੈਗੀ ਸੀ ਅਤੇ 2-3 ਦਸ ਮਤਲਬ 1000 ਵਾਲੀਆਂ 10 ਵਾਲੇ ਨੋਟਾਂ ਦੀਆਂ ਪਰਚੀਆਂ ਪਈਆਂ ਸੀ ਗੱਲੇ 'ਚ, ਜਿਵੇਂ 500-700 ਦੀ ਹੋ ਗਈ, ਕੁੱਲ ਮਿਲਾ ਕੇ ਤਕਰੀਬਨ 15-20 ਦਾ ਨੁਕਸਾਨ ਹੋ ਗਿਆ। ਕੀ ਸਮਝ ਆਈ, ਮਾਲਕ ਨੂੰ ਜਿਵੇਂ ਚੰਗਾ ਲੱਗਿਆ ਜੀ, ਉਹ ਪਹਿਲਾ ਦਿਨ ਸੀ ਜਿਵੇਂ ਉਹਨੂੰ ਚੰਗਾ ਲੱਗਿਆ, ਆਪਾਂ ਤਾਂ ਪ੍ਰਸ਼ਾਸਨ 'ਤੇ ਹੀ ਮੰਗ ਕਰਦੇ ਹਾਂ ਜੀ, ਜਿਹੜਾ ਸਾਡਾ ਨੁਕਸਾਨ ਹੋ ਗਿਆ ਚਲੋ ਕੋਈ ਨਹੀਂ, ਬਾਕੀਆਂ ਦੀ ਬੱਚਤ ਹੋਈ ਜਾਵੇ। ਮਾੜਾ ਮੋਟਾ PCR ਜਿਹੜੇ ਹੈਗੇ ਨੇ ਉਹ ਚੱਕਰ ਲਾਉਂਦੇ ਰਹਿਣ ਬਾਜ਼ਾਰ 'ਚ, ਥੋੜ੍ਹਾ ਜਿਹਾ ਨਿਗਰਾਨੀ ਕਰਨ, ਗੁੰਡਾਗਰਦੀ ਬਹੁਤ ਵੱਧ ਗਈ ਹੈ, ਹਰੇਕ ਮਤਲਬ ਥਾਂ ਥਾਂ 'ਤੇ ਮੋਟਰਸਾਈਕਲ ਛੀਨਦੇ ਪਏ ਨੇ, ਪਰਸ ਖੋਹੀ ਜਾਂਦੇ ਨੇ, ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ। ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਜਾਂਦੀ ਹੈ ਜੀ, ਥੋੜ੍ਹਾ ਜਿਹਾ ਨਿਗਰਾਨੀ ਕਰਨ, ਥੋੜ੍ਹਾ ਜਿਹਾ ਬਾਜ਼ਾਰ ਵੱਲ ਧਿਆਨ ਕਰਨ, ਦੁਕਾਨਦਾਰਾਂ ਦੇ ਜਿਵੇਂ ਮਤਲਬ ਨੁਕਸਾਨ ਹੋਈ ਜਾਂਦਾ ਇਹਦੇ 'ਤੇ ਕੰਟਰੋਲ ਕੀਤਾ ਜਾਵੇ। ਇੰਦਰਾ ਮਾਰਕੀਟ ਦੇ ਵਿੱਚ ਮਨਿਆਰੀ ਦੀ ਦੁਕਾਨਾਂ ਨੇ ਉੱਥੇ ਇਹ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਹੈ। ਜਿਹੜੇ ਪੈਸਿਆਂ ਦੇ ਹਾਰ ਲੈ ਕੇ ਗਏ ਨੇ ਇਕੱਲੇ ਉਹ ਦੋਵਾਂ ਦੁਕਾਨਾਂ 'ਚੋਂ, ਅਤੇ ਇੱਕ ਦੁਕਾਨ 'ਚੋਂ ਹਾਰ ਨਹੀਂ ਸੀਗੇ ਮਨਿਆਰੀ ਦੇ 'ਚੋਂ, ਇੱਕ 'ਚੋਂ ਕੈਸ਼ ਲੈ ਕੇ ਗਏ ਨੇ 4000 ਰੁਪਏ। ਸਟੇਟਮੈਂਟ ਲੈ ਕੇ ਇਹਨਾਂ ਦੀ ਕਾਰਵਾਈ ਕਰ ਰਹੇ ਹਾਂ, CCTV ਫੁਟੇਜ ਚੈੱਕ ਕਰਾਂਗੇ ਅਤੇ ਉਹਦੇ ਵਿੱਚ ਕੈਮਰੇ ਲੱਗੇ ਹੋਏ ਨੇ, ਕਿਉਂਕਿ ਉਹ ਜਿਹੜਾ ਬਾਜ਼ਾਰ ਭਰਿਆ ਬਾਜ਼ਾਰ ਹੈ, ਉੱਥੋਂ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ 5 ਵਜੇ ਤੋਂ ਬਾਅਦ ਦਾ ਬਾਕੀ ਮੋਰਨਿੰਗ ਸਵੇਰ ਦਾ, ਹਾਂ ਜਿਹੜਾ ਚੌਕੀਦਾਰ ਆ ਉਹ ਚਲਾ ਜਾਂਦਾ, ਉਹ ਛੁੱਟੀ 'ਤੇ ਗਿਆ ਹੈ ਜਿਹੜਾ ਪੱਕਾ ਚੌਕੀਦਾਰ ਇਹਨਾਂ ਦਾ, ਅਤੇ ਉਹ 5 ਵਜੇ ਤੱਕ ਹੁੰਦਾ ਉਹ, ਉਦੋਂ ਬਾਅਦ ਚੋਰੀ ਹੋਈ ਹੈ। ਉਹਦੇ ਭੇਤੀ ਨੇ ਉਹਨੂੰ ਪਤਾ ਸੀ ਵੀ ਚੌਕੀਦਾਰ ਹੈ ਨਹੀਂ, ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਅਤੇ ਸਾਡੇ ਕੋਲ CCTV ਦਾ ਕਲੂ ਕੁਛ ਲੱਗਿਆ ਹੈ, ਉਮੀਦ ਹੈ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਮੇਰਾ ਨਾਮ ਰਾਜਨ ਹੈ ਜੀ, ਆਪਣੀ ਸ਼ੋਪ ਹੈ ਚਾਂਦ ਜਨਰਲ ਸਟੋਰ ਦੇ ਨਾਮ 'ਤੇ, ਦਾਰਾ ਦੇ ਨਾਮ 'ਤੇ ਮਸ਼ਹੂਰ ਹੈ ਵੈਸੇ, ਅਤੇ ਰਾਤੀ ਫੋਨ ਹੀ ਆਇਆ ਸਾਡੇ ਕੋਲ 5 ਵਜੇ ਆਪਾਂ ਨੂੰ ਕਿ ਦੁਕਾਨ 'ਤੇ ਚੋਰੀ ਹੋ ਗਈ ਕਿਸੇ ਸੱਜਣ ਦਾ, ਅਤੇ ਆਇਆ ਤਾਂ ਦੇਖਿਆ ਸਾਰਾ ਸ਼ਟਰ ਟੁੱਟਿਆ ਪਿਆ, ਭੰਨਿਆ ਪਿਆ,
ਅੰਦਰ ਹਾਰ ਸੀ 15-20 ਹਜ਼ਾਰ ਰੁਪਏ ਦੇ, ਸਾਰੇ ਕੱਢ ਕੇ ਲੈ ਗਏ, ਨਕਦੀ ਵੀ ਲੈ ਗਏ ਨੇ, ਬਹੁਤ ਨੁਕਸਾਨ ਹੋਇਆ, 2-3 ਘਰਾਂ ਦਾ ਹੋਰ ਵੀ ਹੋਇਆ ਨੁਕਸਾਨ। ਅਤੇ ਅਸੀਂ ਤਾਂ ਇਹ ਮੰਗ ਕਰਨੇ ਹਾਂ ਕਿ ਚੋਰ ਫੜੇ ਜਾਣ ਤਾਂ ਵਧੀਆ ਗੱਲ ਹੈ, ਕਿ ਨਾ ਫੜੇ ਗਏ ਤਾਂ ਕੰਮ ਵਧਣਾ ਹੀ ਵਧਣਾ ਦਿਨੋਂ ਦਿਨ। ਪੁਲਿਸ ਵੇਖ ਕੇ ਗਈ ਹੈ ਜੀ, ਰਿਕਾਰਡਿੰਗ ਵੀ ਬਣਾ ਕੇ ਗਈ ਹੈ, ਅਤੇ ਉਹ ਘਰ ਸਾਰਾ ਕੁਝ ਕਰਕੇ ਗਏ, ਰਿਕਾਰਡਿੰਗ ਕਹਿੰਦੇ ਦੇਖ ਰਹੇ ਹਾਂ। ਰਿਕਾਰਡਿੰਗ 'ਚ ਹੀ ਹੈ ਬਸ 4 ਜਣੇ ਆਏ ਨੇ ਜੀ, ਬਾਈਕ ਤਾਂ ਹੈਗੇ ਨੇ, ਪਹਿਲਾਂ ਆਪਣੀ ਦੁਕਾਨ ਦੇ ਬਾਹਰ ਦੇਖਿਆ, ਬਾਹਰ ਖੜ੍ਹੇ ਤੇ ਦੇਖਦੇ ਰਹੇ, ਕੋਈ ਆਉਂਦਾ ਤਾਂ ਨਹੀਂ ਪਿਆ, ਅਤੇ ਸ਼ਟਰ ਦੇ ਉਹ ਲਾਇਆ ਉਹਨਾਂ ਨੇ, ਚੱਕਿਆ ਸਾਰਾ ਦਿਨ, ਉਹ ਪੈਸੇ ਕੱਢ ਕੇ ਲੈ ਗਏ ਸਾਰੇ, ਅਤੇ ਹਾਰ ਵੀ ਸਾਰੇ ਲੈ ਗਏ ਕੱਢ ਕੇ। ਇਹੀ ਕਰਨੇ ਕਿ ਕਾਰਵਾਈ ਕੀਤੀ ਜਾਵੇ, ਨੁਕਸਾਨ ਹੋਰ ਕਿਸੇ ਦਾ ਨਾ ਹੋਵੇ ਤਾਂ ਵਧੀਆ ਰਹੇਗਾ, ਵਧਣੇ ਵਧਣਾ ਦਿਨੋਂ ਦਿਨ।